ਐਕਟਰ ਬੀਨੂ ਢਿੱਲੋਂ ਦੀ ਨਵੀਂ ਫਿਲਮ ਜਿਉਂਦੇ ਰਹੋ ਭੂਤ ਜੀ ਹੋਈ ਰਿਲੀਜ਼। ਜੀ ਹਾਂ, ਬੀਨੂ ਢਿੱਲੋਂ ਤੇ ਸਮੀਪ ਕੰਗ ਦੀ ਨਵੀਂ ਫਿਲਮ ਜਿਉਂਦੇ ਰਹੋ ਭੂਤ ਜੀ ਰਿਲੀਜ਼ ਹੋ ਚੁੱਕੀ ਹੈ। ਅੱਜ ਯਾਨੀ ਕਿ 12 ਅਪ੍ਰੈਲ ਨੂੰ ਇਸ ਫਿਲਮ ਨੇ ਸਿਨੇਮਾ ਘਰਾਂ ਦੇ ਵਿੱਚ ਦਸਤਕ ਦਿੱਤੀ ਹੈ। ਦਰਸ਼ਕ ਕਾਫੀ ਜ਼ਿਆਦਾ ਐਕਸਾਈਟਿਡ ਸਨ ਫਿਲਮ ਨੂੰ ਵੇਖਣ ਲਈ, ਤੇ ਫਾਈਨਲੀ ਇਹ ਫਿਲਮ ਹੁਣ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ। ਤੇ ਰੀਸੈਂਟਲੀ ਬੀਨੂ ਢਿੱਲੋਂ ਦੇ ਵੱਲੋਂ ਇਸ ਫਿਲਮ ਦੇ ਰਿਲੇਟਿਡ ਇੱਕ ਅਪਡੇਟ ਵੀ ਸਾਂਝੀ ਕੀਤੀ ਗਈ ਹੈ। ਉਹਨਾਂ ਸਿਨੇਮਾਜ਼ ਦੀ, ਉਹਨਾਂ ਸਕਰੀਨਸ ਦੀ ਲਿਸਟ ਸਾਂਝੀ ਕੀਤੀ ਗਈ ਹੈ ਜਿੱਥੇ ਜਿੱਥੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਬੀਨੂ ਢਿੱਲੋਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਇਹ ਆਪਣੇ ਫੈਨਸ ਦੇ ਨਾਲ ਸਾਂਝਾ ਕੀਤਾ ਹੈ ਕਿ ਕਿਤੇ ਕਿਤੇ ਇਸ ਫਿਲਮ ਦੇ ਸ਼ੋਅ ਲੱਗ ਰਹੇ ਨੇ, ਤੇ ਯਾਨੀ ਕਿ ਇਸ ਫਿਲਮ ਨੂੰ ਇੰਡੀਆ ਦੇ ਨਾਲ ਨਾਲ ਓਵਰਸੀਜ਼ ਦੇ ਵਿੱਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੀ ਲਿਸਟ ਵੀ ਬੀਨੂ ਢਿੱਲੋਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਸਾਂਝਾ ਕਰ ਦਿੱਤੀ ਗਈ ਹੈ। ਵੈਲ, ਦੱਸ ਦਈਏ ਕਿ ਇਸ ਦੇ ਨਾਲ ਹੀ ਬੀਨੂ ਢਿੱਲੋਂ ਦੇ ਫੈਨਸ ਨੇ ਵੀ ਕਾਫੀ ਜ਼ਿਆਦਾ ਐਕਸਾਈਟਮੈਂਟ ਜ਼ਾਹਿਰ ਕੀਤੀ ਹੈ, ਤੇ ਉਹਨਾਂ ਦੇ ਕਾਫੀ ਸਾਰੇ ਫੈਨਸ ਨੇ ਇਸ ਫਿਲਮ ਨੂੰ ਫਸਟ ਡੇ ਫਸਟ ਸ਼ੋਅ ਦੇ ਵਿੱਚ ਦੇਖਿਆ ਵੀ ਹੈ, ਜਿਸ ਤੋਂ ਬਾਅਦ ਕਾਫੀ ਸਾਰੇ ਕਮੈਂਟਸ ਵੀ ਅਸੀਂ ਵੇਖ ਸਕਦੇ ਹਾਂ। ਵੈਲ, ਉਹਨਾਂ ਦੀ ਇਹ ਫਿਲਮ ਰਿਲੀਜ਼ ਅੱਜ ਹੋ ਚੁੱਕੀ ਹੈ। ਜੇਕਰ ਇਸ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਜਿਉਂਦੇ ਰਹੋ ਭੂਤ ਜੀ ਫਿਲਮ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਵਨ ਐਂਡ ਓਨਲੀ ਬੀਨੂ ਢਿੱਲੋਂ ਮੇਨ ਲੀਡ ਪਲੇਅ ਕਰਦੇ ਹੋਏ, ਤੇ ਉੱਥੇ ਹੀ ਜੇਕਰ ਅਸੀਂ ਫੀਮੇਲ ਲੀਡ ਦੀ ਗੱਲ ਕਰੀਏ, ਯਾਨੀ ਕਿ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਫੀਮੇਲ ਲੀਡ ਦੀ ਗੱਲ ਕਰੀਏ, ਤੇ ਉਸ ਦੇ ਵਿੱਚ ਸਾਨੂੰ ਬੀਨੂ ਢਿੱਲੋਂ ਦਾ ਸਾਥ ਨਿਭਾਉਂਦੇ ਹੋਏ ਸਾਵੂ ਸ਼ਰਮਾ ਨਜ਼ਰ ਆਉਣ ਵਾਲੇ ਨੇ। ਸਾਵੂ ਸ਼ਰਮਾ ਫਿਲਮ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਐਜ਼ ਅ ਫੀਮੇਲ ਲੀਡ। ਵੈਲ, ਦੱਸ ਦਈਏ ਕਿ ਸਾਵੂ ਸ਼ਰਮਾ ਯਾਨੀ ਕਿ ਭਾਵਨਾ ਸ਼ਰਮਾ ਮਿਸ PTC ਪੰਜਾਬੀ ਦੇ ਵਿਨਰ ਵੀ ਰਹਿ ਚੁੱਕੇ ਨੇ, ਤੇ ਉਹਨਾਂ ਨੇ ਹੁਣ ਬੀਨੂ ਢਿੱਲੋਂ ਦੇ ਨਾਲ ਇਸ ਫਿਲਮ ਦੇ ਵਿੱਚ ਕੰਮ ਕੀਤਾ। ਤੇ ਜੇਕਰ ਇਸ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਵਨ ਐਂਡ ਓਨਲੀ ਸਮੀਪ ਕੰਗ ਦੇ ਵੱਲੋਂ। ਯਾਨੀ ਕਿ ਸਮੀਪ ਕੰਗ ਜੋ ਕਿ ਪੰਜਾਬੀ ਫਿਲਮਾਂ ਦੇ ਵਿੱਚ ਕਾਮੇਡੀ ਫਿਲਮਾਂ ਬਣਾਉਣ ਦੇ ਮਾਹਿਰ ਨੇ, ਉਹਨਾਂ ਵੱਲੋਂ ਫਿਲਮ ਨੂੰ ਡਾਇਰੈਕਟ ਕੀਤਾ ਗਿਆ। ਸਟੋਰੀ ਤੇ ਸਕ੍ਰੀਨ ਪਲੇ ਦਾ ਕ੍ਰੈਡਿਟ ਜਾਂਦਾ ਹੈ ਵੈਭਵ ਐਂਡ ਸ਼੍ਰੇਆ ਨੂੰ। ਤੇ ਜੇਕਰ ਡਾਇਲੋਗਸ ਦੀ ਗੱਲ ਕਰੀਏ ਤੇ ਫੇਮਸ ਡਾਇਲੋਗ ਤੇ ਫਿਲਮ ਰਾਈਟਰ ਰਾਜੂ ਵਰਮਾ ਦੇ ਵੱਲੋਂ ਫਿਲਮ ਦੇ ਡਾਇਲੋਗਸ ਨੂੰ ਲਿਖਿਆ ਗਿਆ। ਖਾਸ ਗੱਲ ਇਹ ਵੀ ਹੈ ਕਿ ਇਸ ਫਿਲਮ ਦੇ ਵਿੱਚ ਸਾਨੂੰ ਸਮੀਪ ਕੰਗ ਦੀ ਡਾਇਰੈਕਸ਼ਨ ਦੇ ਨਾਲ ਨਾਲ ਉਹਨਾਂ ਦੀ ਅਦਾਕਾਰੀ ਵੀ ਨਜ਼ਰ ਆ ਰਹੀ ਹੈ। ਬੀਨੂ ਢਿੱਲੋਂ ਤੇ ਸਮੀਪ ਕੰਗ ਦੋਵੇਂ ਹੀ ਸਾਨੂੰ ਸਕ੍ਰੀਨ ਸਾਂਝਾ ਕਰਦੇ ਹੋਏ ਵੀ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲਣਗੇ। ਵੈਲ, ਦੱਸ ਦਈਏ ਕਿ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਬਲਵਿੰਦਰ ਕੌਰ ਕਾਹਲੋਂ ਐਂਡ ਸਮੀਪ ਕੰਗ, ਤੇ ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਪ੍ਰਸੇਨ ਫਿਲਮਸ ਪ੍ਰਾਈਵੇਟ ਲਿਮਿਟਡ ਐਂਡ ਸਮੀਪ ਕੰਗ ਪ੍ਰੋਡਕਸ਼ਨਸ। ਯਾਨੀ ਕਿ ਇਹਨਾਂ ਬੈਨਰਸ ਦੇ ਹੇਠ ਫਿਲਮ ਰਿਲੀਜ਼ ਹੋ ਚੁੱਕੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਜੇਕਰ ਫਿਲਮ ਨੂੰ ਆਲਰੇਡੀ ਵੇਖ ਲਿਆ ਤੇ ਕਮੈਂਟ ਕਰਕੇ ਰਿਵਿਊ ਦੇ ਸਕਦੇ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।